ਪੰਜਾਬ 'ਚ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਨਾਭਾ ਦੇ ਪਿੰਡ ਸਾਦੋਹੇੜੀ ਵਿੱਚ 18 ਸਾਲਾ ਨੌਜਵਾਨ ਰਾਜੂ ਖਾਨ, ਜੋ ਕਿ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੈ, ਉਸਦੀ ਨਸ਼ੇ ਦੇ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਨੇ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ ਹੈ। ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਨਹੀਂ ਹੋਈ। ਪਰਿਵਾਰਕ ਮੈਂਬਰਾਂ ਨੇ ਜੋ ਬਿਆਨ ਦਿੱਤੇ ਹਨ ਉਹਨਾਂ ਮੁਤਾਬਕ ਹੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਾਥੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਹਾ ਕਿ ਅਜਿਹਾ ਮਾਮਲਾ ਨਹੀਂ ਹੈ। ਜਿਹਦੀ ਜੋ ਪਿੰਡ ਵਾਸੀ ਦੱਸਦੇ ਨੇ ਜਾਂ ਪਤਾ ਲੱਗਦਾ ਵੀ ਨਸ਼ੇ ਦੀ ਓਵਰਡੋਜ਼ ਕਰਨ ਨਾਲ ਮੌਤ ਹੋਈ ਹੈ। ਲਗਭਗ ਬੱਚੇ ਦੀ ਜਿਹੜੀ ਉਮਰ ਸੀ ਉਹ 19 ਕੁ ਸਾਲ ਦੇ ਕਰੀਬ ਸੀ। ਪਰਿਵਾਰ ਦਾ ਗੁਜ਼ਾਰਾ ਜਿਹੜਾ ਕਿ ਦਿਹਾੜੀ ਜੋਤਾ ਕਰਨਾ ਪਰਿਵਾਰ ਸੀ, ਇਹਦੀ ਮਾਂ ਸੀ, ਡੈਡੀ ਹੈ, ਵਿਧਵਾ ਮਾਂ ਸੀ ਅਤੇ ਉਹ ਗੁਜ਼ਾਰਾ ਕਰਦੀ ਸੀ। ਅਸੀਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਪੰਜਾਬ ਦੇ ਮੁੰਡੇ ਨਸ਼ਾ ਕਰਕੇ ਮਰਦੇ ਰਹੇ ਤਾਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋਣਗੇ। ਇਸ 'ਤੇ ਕੋਈ ਰੋਕ ਲਾਈ ਜਾਵੇ। ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਕਹਿੰਦੇ ਨੇ ਪ੍ਰਸ਼ਾਸਨ ਨਾਲ ਮਿਲ ਕੇ ਚੱਲ ਰਿਹਾ ਸਾਰਾ ਕੁਛ। ਜੋ ਇੱਥੇ ਦਾ ਪੁਲਿਸ ਪ੍ਰਬੰਧ ਹੈ ਉਹ ਬਹੁਤ ਨਿਕੰਮਾ ਪ੍ਰਬੰਧ ਹੈ ਇੱਥੇ। ਇੱਥੇ ਹੁਣ ਸਾਡੇ ਵੀ ਪਿੰਡ ਦੇ ਵਿੱਚ ਤਕਰੀਬਨ ਕਾਫੀ ਚਿੱਟਿਆ ਵਿਕ ਰਿਹਾ ਹੈਗਾ, ਪੁੱਕੀ ਗੋਲੀਆਂ, ਇਹ ਤਾਂ ਆਮ ਗੱਲ ਹੈਗੀ, ਮੈਡੀਕਲ ਨਸ਼ਿਆਂ ਵਿਕ ਰਹੇ ਨੇ, ਪਰ ਪੁਲਿਸ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅਤੇ ਕੈਪਟਨ ਸਾਹਿਬ ਪਹਿਲਾਂ ਕਹਿੰਦੇ ਸੀਗੇ ਕਿ ਅਸੀਂ ਇਹਨੂੰ ਇੱਕ ਮਹੀਨੇ 'ਚ ਖਤਮ ਕਰ ਦਾਂਗੇ, ਤਕਰੀਬਨ 2.5 ਸਾਲ ਹੋਣ ਨੂੰ ਆ ਗਏ ਨੇ ਕਿ ਇਹਦੇ 'ਤੇ 1% ਵੀ ਕਹਿੰਦੇ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਹੈਗੀ। ਪਹਿਲਾਂ ਕਹਿੰਦੇ ਸੀ ਕਿ ਬਾਦਲ ਸਰਕਾਰ ਕਰਾ ਰਹੀ ਹੈ, ਹੁਣ ਦੱਸੋ ਹੁਣ ਕੈਪਟਨ ਸਰਕਾਰ ਕਰਵਾ ਰਹੀ ਹੈਗੀ। ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹੋ ਜਿਹੇ ਮੰਤਰੀ ਨੂੰ ਰਹਿਣ ਹੀ ਨਹੀਂ ਦੇਣਾ ਚਾਹੀਦਾ, ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਲੋਕਾਂ ਨੂੰ ਵੋਟ ਨਾ ਦੇਣ। ਸਾਡੇ ਮੰਤਰੀ ਨੇ ਜੋ ਧਰਮਸੋਧ ਸਾਹਿਬ ਕਹਿੰਦੇ ਨੇ ਕਿ ਉੱਥੇ ਬੈਠੇ ਨੇ, ਇੱਕ ਦਿਨ ਵੀ ਕਦੇ ਉਹਨਾਂ ਨੇ ਆ ਕੇ ਪ੍ਰਸ਼ਾਸਨ ਦੇ ਉੱਤੇ ਕਹਿੰਦੇ ਨੇ ਕਿ ਸ਼ਿਕੰਜਾ ਨਹੀਂ ਕਸਿਆ ਕਿ ਇਹੋ ਜਿਹੇ ਪ੍ਰਬੰਧ ਨੂੰ ਚੇਂਜ ਕੀਤਾ ਜਾਵੇ, ਤਾਂ ਕਿ ਕਹਿੰਦੇ ਨੇ ਇਹੋ ਜਿਹੇ ਨੌਜਵਾਨ ਮੌਤਾਂ ਨਾ ਹੋ ਸਕਣ। ਅਸੀਂ ਆਪਣੇ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਇਹੋ ਜਿਹੇ ਜੋ ਚਿੱਟੇ ਦੇ ਤਸਕਰੀ ਨੇਗੇ ਉਹਨਾਂ 'ਤੇ ਕੰਟਰੋਲ ਕੀਤਾ ਜਾਵੇ, ਔਰ ਇਹ ਸਾਡੇ ਪਿੰਡ 'ਚ ਜੋ ਆਲੇ ਦੁਆਲੇ ਕਿਤੇ ਵੀ ਚਿੱਟਾ ਵਿਕਦਾ ਹੈਗਾ ਉਸ 'ਤੇ ਕੰਟਰੋਲ ਕੀਤਾ ਜਾਵੇ, ਔਰ ਜੋ ਚਿੱਟਾ ਮੁੰਡੇ ਪੀਂਦੇ ਨੇ ਉਹ ਫੜੇ ਜਾਂਦੇ ਨੇ, ਉਹਨਾਂ ਦੇ ਥਰੂ ਇੱਕ ਨੈੱਟਵਰਕਿੰਗ ਦੇ ਜ਼ਰੀਏ ਉਹ ਮਾਫੀਆ ਤੱਕ ਪਹੁੰਚਿਆ ਜਾ ਸਕਦਾ। ਲੇਕਿਨ ਸਾਡੇ ਪੁਲਿਸ ਕੀ ਕਰਦੀ ਹੈ, ਉਹਨਾਂ 'ਤੇ ਕੇਸ ਪਾ ਦਿੰਦੇ ਨੇ। ਸਾਡੇ ਪਹਿਲਾਂ ਥੋੜ੍ਹੇ ਦਿਨ ਹੋਏ ਨੇਗੇ 2 ਬੱਚੇ ਫੜੇ ਗਏ ਨੇ, ਉਹਨਾਂ 'ਤੇ ਕੇਸ ਪਾ ਕੇ ਉਹਨਾਂ 'ਤੇ ਕਪਾਚਾ ਦਰਜ ਕਰਤਾ, ਲੇਕਿਨ ਉਹਨਾਂ ਦੇ ਥਰੂ ਜਿਨ੍ਹਾਂ ਦੇ ਕੋਲੋਂ ਨਸ਼ਾ ਲੈਂਦੇ ਸੀਗੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ। ਠੀਕ ਹੈ ਗੱਲ। ਅਤੇ ਸਰ ਜੀ ਅਸੀਂ ਤਾਂ ਇਹੀ ਗੱਲ ਸਰਕਾਰ ਤੋਂ ਮੰਗ ਕਰਦੇ ਵੀ ਜਿਹੜੇ ਨਸ਼ਾ ਕਰਦੇ ਨੇ ਉਹਨਾਂ 'ਤੇ ਨਾ ਕਾਰਵਾਈ ਕਰਕੇ ਉਹਨਾਂ ਨੂੰ ਸੈਂਟਰਾਂ 'ਚ ਭੇਜਿਆ ਜਾਵੇ ਨਸ਼ਾ ਛਡਾਉਣ ਵਾਸਤੇ, ਔਰ ਜੋ ਉਹਨਾਂ ਤੋਂ ਪੁੱਛ ਕੇ ਨੈੱਟਵਰਕਿੰਗ ਦੇ ਜ਼ਰੀਏ ਇੱਕ ਜੋ ਨਸ਼ਾ ਵੇਚਦੇ ਨੇ, ਇੱਕ ਤਸਕਰ ਜੋ ਵੱਡੇ ਮਾਫੀਏ ਨੇ ਉਹਨਾਂ 'ਤੇ ਨੱਥ ਪਾਈ ਜਾਵੇ ਸਰ ਜੀ। ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹ ਨਸ਼ਾ ਬੰਦ ਕਰਾਇਆ ਜਾਵੇ, ਜਿਹੜੇ ਸਮਗਲਰ ਨੇ ਇਹਨਾਂ ਨੂੰ ਜਾ ਕੇ ਜੇਲ੍ਹਾਂ 'ਚ ਛੱਡਿਆ ਜਾਵੇ, ਅਤੇ ਜੋ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਨੇ, ਕਿਸੇ ਨੇ ਜ਼ਮੀਨਾਂ ਬਣਾਈਆਂ 10-10 ਕਿੱਲੇ ਜਾਂ ਹੋਰ ਬਹੁਤ ਜ਼ਿਆਦਾ ਜਾਇਦਾਦਾਂ ਬਣਾ ਲਈਆਂ, ਜਾਂ ਜਿਹੜੇ ਸਮਗਲਰ ਜੇਲ੍ਹਾਂ 'ਚੋਂ ਆ ਕੇ ਵੀ ਆਪਣਾ ਕੋਈ ਕੰਮ ਧੰਦਾ ਨਹੀਂ ਕਰਦੇ, ਅਤੇ ਉਹ ਕਿੱਥੋਂ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ, ਕੋਈ ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਸਮਗਲਰਾਂ ਨੇ ਪ੍ਰੋਪਰਟੀਆਂ ਬਣਾਈਆਂ ਨੇ ਉਹਨਾਂ ਦੀ ਜਾਇਦਾਦ ਜ਼ਬਤ ਹੋਣੀ ਚਾਹੀਦੀ। ਤਾਂ ਬਹੁਤ ਸਾਡੇ ਮੁੰਡੇ ਜਿਹੜੇ ਨੇ, ਘੱਟੋ ਘੱਟ 15-20 ਮੁੰਡੇ ਸਾਡੇ ਇਸ ਗ੍ਰਿਫਤ ਦੇ ਵਿੱਚ ਆ ਗਏ ਨੇ ਨੌਜਵਾਨ ਮੁੰਡੇ। ਇਹ ਸਭ ਤੋਂ ਛੋਟੀ ਉਮਰ ਦਾ ਮੁੰਡਾ ਸੀ ਜਿਹੜਾ ਇਹਦੇ ਵਿੱਚ ਆਇਆ। ਕੀਤਾ ਜਾਵੇ, ਵੇਚਣ ਵਾਲਿਆਂ 'ਤੇ ਪਕੜ ਕਰੀ ਜਾਵੇ, ਸੜਕਾਂ 'ਤੇ ਸਾਡੇ ਪਿੰਡ 'ਤੇ ਆਮ ਨਸ਼ਾ ਵਿਕਦਾ ਦਿੰਦੇ ਨੇ, ਉਹਨਾਂ 'ਤੇ ਕਾਰਵਾਈ ਕਰੀ ਜਾਵੇ। ਬਿਲਕੁਲ ਹੈ ਹੀ ਨਹੀਂ ਕਾਰਵਾਈ, ਢਿੱਲੀ ਤਾਂ ਇੱਕ ਹੁੰਦੀ ਆ ਵੀ ਹੈਗੀ ਹੈ, 1% ਵੀ ਕਾਰਵਾਈ ਨਹੀਂ। ਇਹੀ ਪਿੰਡ ਹੈ, ਇਹ ਗਲਵੱਟੀ ਚੌਂਕੀ 'ਚ ਪੈਂਦਾ, ਨਾਭਾ ਸਾਦਰ ਥਾਣੇ 'ਚ। ਕੋਈ ਕਾਰਵਾਈ ਨਹੀਂ, ਕੋਈ ਪ੍ਰਬੰਧ ਨਹੀਂ ਹੈਗਾ ਜੀ। ਨਸ਼ਾ ਸਰੇਆਮ ਵਿਕਦਾ ਜੀ। ਕਿੰਨੀ ਕੁ ਉਮਰ ਦੀ ਬੱਚੇ ਦੀ? ਇਹਦੀ 18-19 ਸਾਲਾਂ ਦੀ ਉਮਰ ਤੇ ਜੀ। ਮੰਗ ਕਰਦੇ ਸੀ ਸਰਕਾਰ ਤੋਂ ਕੁਝ? ਅਸੀਂ ਇਹ ਮੰਗ ਕਰਦੇ ਹਾਂ ਵੀ ਨਸ਼ਾ ਬੰਦ ਹੋਣਾ ਚਾਹੀਦਾ ਜੀ। ਮਾਵਾਂ ਦੇ ਪੁੱਤ ਜਾ ਰਹੇ? ਇਹ ਮਾਵਾਂ ਦੇ ਪੁੱਤ ਜਾ ਰਹੇ ਨੇ, ਬਹੁਤ ਔਖਾ, ਬਹੁਤ ਮੁਸ਼ਕਿਲ ਆ।
ਜਿਹੜੇ ਮਾਵਾਂ ਦੇ ਪੁੱਤ ਜਾ ਰਹੇ ਨੇ, ਨਸ਼ਾ ਬੰਦ ਹੋਣਾ ਚਾਹੀਦਾ। ਸਰਕਾਰ ਨੂੰ ਇਹੀ ਸਾਡਾ ਤੋਹਫ਼ਾ ਵੀ ਸਰਕਾਰ ਬੰਦ ਕਰੇ ਇਹਨਾਂ ਨਸ਼ੇ ਨੂੰ। ਇੱਕ ਰਾਜੂ ਪੁੱਤਰ ਦੇਵ ਖਾਂ, ਉਮਰ 19 ਸਾਲ, ਨੌਜਵਾਨ ਦੀ ਕੱਲ੍ਹ ਡੈਥ ਹੋਈ ਹੈ। ਉਹਦੇ ਪਰਿਵਾਰਕ ਮੈਂਬਰਾਂ ਅਤੇ ਆਲੇ ਦੁਆਲੇ ਤੋਂ ਪਤਾ ਕੀਤਾ ਗਿਆ ਇਹ ਨੈਚੁਰਲ ਡੈਥ ਹੋਈ ਹੈ ਇਹਦੀ। ਇਹ ਇੱਕ ਦੋ ਦਿਨ ਤੋਂ ਥੋੜ੍ਹਾ ਢਿੱਲਾ ਸੀਗਾ ਘਰ, ਅਤੇ ਇਹਦੀ ਨੈਚੁਰਲ ਡੈਥ ਹੋਈ ਹੈ। ਉਹਨਾਂ ਨੇ ਬਿਆਨ ਲਿਖਾਇਆ ਵੀ ਸਾਨੂੰ ਕੋਈ ਸ਼ੱਕ ਸ਼ੁਬਾ ਨਹੀਂ ਸਾਡੇ ਜਿਹੜੀ ਇਹਦੇ ਬੇਟੇ ਦੀ ਮੌਤ ਸੰਬੰਧੀ, ਫਿਰ ਵੀ ਅਸੀਂ ਹਰ ਐਂਗਲ ਤੋਂ ਇਹਨੂੰ ਚੈੱਕ ਕਰ ਰਹੇ ਹਾਂ। ਨਹੀਂ ਜੀ, ਨਹੀਂ ਨਹੀਂ, ਇਸ ਸੰਬੰਧੀ ਕੋਈ ਵੀ ਗੱਲ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। ਬਿਲਕੁਲ ਪਰਿਵਾਰ ਨੇ ਇਹ ਕਿਹਾ, ਸਾਰੇ ਰਿਸ਼ਤੇਦਾਰਾਂ ਨੂੰ ਪਤਾ ਕੀਤਾ, ਹਰ ਇੱਕ ਤੋਂ ਉਹਦੇ ਦੋਸਤਾਂ ਤੋਂ ਪਤਾ ਕੀਤਾ, ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਨਾਭਾ ਤੋਂ ਆਵਾਜ਼ੀ ਕੌਮ ਟੀਵੀ ਲਈ ਤਰੁਣ ਮਹਿਤਾ ਦੀ ਰਿਪੋਰਟ।